ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਜਿਸ ਦਾ ਨਾਮ ਹੈ ਜੀ Dream Night Learner Streamlight Learner ਸਤੇ ਅਸੀਂ ਸਾਰੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਇਸ ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ 10 ਅਕਤੂਬਰ ਦੇ ਜੋ ਵੀ ਕਰੰਟ ਅਫੇਅਰ ਦੇ ਕੁਐਸਚਨ ਨੇ ਪਲੱਸ ਉਹਨਾਂ ਨਾਲ ਸੰਬੰਧਿਤ ਜੋ ਵੀ ਸਟੈਟਿਕ ਜੀਕੇ ਦਾ ਪੋਰਸ਼ਨ ਬੰਦ ਹੈ ਉਹ ਡਿਸਕਸ ਕੀਤਾ ਜਾਏਗਾ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਅਤੇ ਧਿਆਨ ਨਾਲ ਵੇਖਣਾ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਬੈਲ ਆਈਕਨ ਵੀ ਦਬਾ ਲੈਣ ਤਾਂ ਜੋ ਨੋਟੀਫਿਕੇਸ਼ਨ ਹੈ ਹਰੇਕ ਵੀਡੀਓ ਦਾ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਇਹ ਜੋ ਸੈਸ਼ਨ ਹੈ ਪੰਜਾਬ ਪੁਲਿਸ ਐਕਸਾਈਜ਼ ਇੰਸਪੈਕਟਰ ਪੀ ਟ੍ਰਿਪਲ ਐਸ ਬੀ ਕਲਰਕ ਫੋਰੈਸਟ ਗਾਰਡ ਵੀਡੀਓ ਪੀਪੀਐਸਈ ਜੇਕਰ ਇਹਨਾਂ ਵਿੱਚੋਂ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਯੂ ਆਰ ਔਨ ਦਾ ਰਾਈਟ ਪਲੇਟਫਾਰਮ ਠੀਕ ਹੈ ਜੀ ਤੁਸੀਂ ਕਿਸੇ ਵੀ ਐਗਜ਼ਾਮ ਦੀ ਪੰਜਾਬ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਕਰੰਟ ਅਫੇਅਰ ਦੇ ਸੈਸ਼ਨ ਨਾਲ ਰੈਗੂਲਰਲੀ ਅਟੈਂਡ ਕਰਨਾ ਹੈ ਇਸ ਨੂੰ ਇਸ ਦੇ ਨਾਲ ਜੁੜ ਕੇ ਰਹਿਣਾ PDF ਚਾਹੀਦੀ ਹੈ ਸਰਚ ਕਰੋਗੇ ਐਟ ਦਾ ਰੇ ਡ੍ਰੀਮ ਲਾਈਟ ਲਰਨਰਸ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਉੱਥੇ ਕਲਿੱਕ ਕਰਕੇ ਤੁਸੀਂ ਸਿੱਧਾ ਚੈਨਲ ਤੇ ਪਹੁੰਚ ਸਕਦੇ ਹੋ ਠੀਕ ਹੈ ਜੀ ਉੱਥੇ ਜੋ PDF ਤੋਂ ਇਲਾਵਾ ਡੇਲੀ ਕੀ ਹੁੰਦੇ ਨੇ MCQਸ ਕੁਐਸਚਨ ਹੁੰਦੇ ਨੇ ਤੁਸੀਂ ਉਹਨਾਂ ਨੂੰ ਵੀ ਅਟੈਂਡ ਕਰ ਸਕਦੇ ਹੋ ਜੀ ਹਾਂਜੀ ਯੈਸਟਰਡੇ ਕੁਐਸਚਨ ਕੱਲ ਦਾ ਕੁਐਸਚਨ ਕੀ ਸੀਗਾ ਆਪਣੇ ਵਾਸਤੇ ਕਮੈਂਟ ਬਾਕਸ ਵਾਸਤੇ ਕੁਐਸਚਨ ਹੁੰਦਾ ਜੀ ਉਪਾਧੀਆਂ ਦਾ ਅੰਤ ਕਿਸ ਅਨੁਸ਼ੇਦ ਵਿੱਚ ਮਿਲਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਤਾਂ ਇਸ ਦਾ ਸਹੀ ਉੱਤਰ ਹੋ ਜੂਗਾ ਜੀ 4th ਆਰਟੀਕਲ ਨੰਬਰ 18 ਆਰਟੀਕਲ ਨੰਬਰ 18 ਆਪਾਂ ਨੂੰ ਕੀ ਕਹਿੰਦਾ ਜੀ ਉਪਾਦੀਆਂ ਦਾ ਅੰਤ ਠੀਕ ਹੈ ਜੀ ਜੋ ਵੀ ਆਪਣੇ ਕੋਲੇ ਉਪਾਦੀਆਂ ਨੇ ਉਹਨਾਂ ਦਾ ਅੰਤ ਕਰ ਦਿੱਤਾ ਗਿਆ ਆਰਟੀਕਲ ਨੰਬਰ 80 ਵਿੱਚ ਇਹ ਕਿਹਾ ਗਿਆ ਹੈ ਇਹ ਹੈ ਕਿ ਸਿਸਟਮ ਕੀ ਹੈਗਾ ਆਜ਼ਾਦੀ ਤੋਂ ਪਹਿਲਾਂ ਕੀ ਸੀਗਾ ਬਹੁਤ ਸਾਰੇ ਮਹਾਰਾਜੇ ਸੀਗੇ ਠੀਕ ਹੈ ਕਿਸੇ ਦੇ ਨਾਮ ਨਾਲ ਲੱਗਦਾ ਸੀਗਾ ਮਹਾਨ ਕਿਸੇ ਨਾਲ ਲੱਗਦਾ ਸੀ ਮਹਾਰਾਜਾ ਠੀਕ ਹੈ ਇਹ ਜਿਹੜੇ ਉਪਾਦੀਆਂ ਸੀਗੀਆਂ ਇਹ ਹਰੇਕ ਨਾਮ ਦੇ ਨਾਲ ਲੱਗੀਆਂ ਸੀ ਤਾਂ ਇਹਨਾਂ ਦਾ ਅਬੋਲੇਸ਼ਨ ਕੀਤਾ ਗਿਆ ਇਹਨਾਂ ਨੂੰ ਖਤਮ ਕੀਤਾ ਗਿਆ ਵੀ ਕੋਈ ਵੀ ਆਪ ਦੇ ਨਾਮ ਨਾਲ ਕਪਤਾਨ ਜਿਹੜਾ ਹੈਗਾ ਕੋਈ ਮਹਾਰਾਜਾ ਹੈਗਾ ਠੀਕ ਹੈ ਕੋਈ ਮਹਾਨ ਹੈ ਇਹ ਚੀਜ਼ਾਂ ਨਹੀਂ ਲਗਾਊਗਾ ਤਾਂ ਆਰਟੀਕਲ ਨੰਬਰ 18 ਇਹਨਾਂ ਚੀਜ਼ਾਂ ਨੂੰ ਖਤਮ ਕਰਦਾ ਬਟ ਦੋ ਇਹਦੇ ਵਿੱਚ ਐਕਸੈਪਸ਼ਨ ਆਉਂਦੇ ਨੇ ਦੋ ਇਹਦੇ ਵਿੱਚ ਕੀ ਹੈਗੇ ਨੇ ਇੱਕ ਹੁੰਦਾ ਮਿਲਟਰੀ ਸੈਕਿੰਡ ਨੰਬਰ ਤੇ ਕੀ ਹੁੰਦਾ ਜੋ ਆਪਣੇ ਕੋਲ এডੂਕੇਸ਼ਨ ਡਿਗਰੀਜ਼ ਠੀਕ ਹੈ ਜੀ ਮਿਲਟਰੀ ਦੇ ਵਿੱਚ ਕਹਿੰਦੇ ਅਲਾਉਡ ਹੈਗਾ ਜਿਵੇਂ ਕਪਤਾਨ ਹੋ ਗਿਆ ਠੀਕ ਹੈ ਕਪਤਾਨ ਦੇ ਨੀਚੇ ਜਰਨਲ ਹੋ ਗਿਆ ਇਹ ਚੀਜ਼ਾਂ ਕਹਿੰਦੇ ਜੋ ਆਪਣੇ ਕੋਲ ਅਪਾਧੀਆਂ ਨੇ ਮਿਲਟਰੀ ਵਿੱਚ ਅਲਾਉ ਹੈਗਾ এডੂਕੇਸ਼ਨ ਵਿੱਚ ਵੀ ਅਲਾਉ ਹੈਗਾ ਜਿਵੇਂ ਕਿਸੇ ਨੇ ਪੀ ਐਚ ਡੀ ਕਰ ਲਈ ਉਦੇ ਨਾਲ ਨਾਲ ਕੀ ਲਾਉਂਦਾ ਡਾਕਟਰ ਠੀਕ ਹੈ ਕਿਸੇ ਨੇ ਡਾਕਟੋਰੇਟ ਕਰ ਲਈ ਉਹ ਵੀ ਡਾਕਟਰ ਲਗਾਊਗਾ ਕਿਸੇ ਨੇ ਕੋਈ ਇੰਜੀਨੀਅਰ ਕਰ ਲਈ ਤਾਂ ਆਪ ਦੇ ਨਾਮ ਨਾਲ ਕੀ ਲਾ ਸਕਦਾ ਇੰਜੀਨੀਅਰ ਤਾਂ ਇਹ ਚੀਜ਼ਾਂ এডਿਕੇਸ਼ਨ ਤੇ ਮਿਲਟਰੀ ਵਿੱਚ ਅਲਾਉਡ ਹੈਗੀਆਂ ਹੋਰ ਕਿਤੇ ਵੀ ਇਹ ਚੀਜ਼ਾਂ ਅਬੋਲੇਸ਼ਨ ਕਰ ਦਿੱਤੇ ਗਏ ਆ ਆਰਟੀਕਲ ਨੰਬਰ 18ਏ ਕਹਿੰਦਾ ਠੀਕ ਹੈ ਜੀ ਹੋਰ ਵੀ ਆਰਟੀਕਲ ਆਪਣੇ ਸਾਹਮਣੇ ਲਿਖੇ ਹੋਏ ਨੇ ਥੋੜੀ ਥੋੜੀ ਚਰਚਾ ਇਹਨਾਂ ਦੀ ਵੀ ਕਰ ਲਈ ਜਾਵੇ ਆਰਟੀਕਲ ਨੰਬਰ 17 ਕੀ ਕਹਿੰਦਾ ਅਬੋਲੇਸ਼ਨ ਆਫ ਅਨਟੱਚੇਬਿਲਟੀ ਸ਼ੂਆ ਸ਼ੂਤ ਦਾ ਅੰਤ ਸ਼ੂਆ ਸ਼ੂਤ ਦਾ ਅੰਤ ਇਹ ਜੋ ਆਰਟੀਕਲ ਹੈ ਇਹ ਜੋੜਿਆ ਕਿੰਨੇ ਦੁਆਰਾ ਗਿਆ ਸੀ ਤਾਂ ਇਹ ਬੀ ਆਰ ਅੰਬੇਦਕਰ ਦੀ ਦੁਆਰਾ ਜੋੜਿਆ ਗਿਆ ਸੀਗਾ ਕਿਉਂ ਜੋੜਿਆ ਸੀਗਾ ਕਿਉਂਕਿ ਉਹ ਮਹਾਰ ਜਾਤੀ ਨੂੰ ਬਿਲੋਂਗ ਕਰਦੇ ਸੀਗੇ ਮਹਾਰ ਜਾਤੀ ਮਹਾਰ ਜਾਤੀ ਉਸ ਸਮੇਂ ਦੀ ਬਹੁਤ ਨੀਵੀਂ ਜਾਤੀ ਸੀਗੀ ਠੀਕ ਹੈ ਜੀ ਕਿਸੇ ਸਾਂਝੇ ਥਾਂ ਤੇ ਕਿਸੇ ਨੂੰ ਪਾਣੀ ਨਾ ਪੀਣ ਦੇਣਾ ਕਿਸੇ ਨੂੰ ਟੱਚ ਕਰ ਦੇਣਾ ਤਾਂ ਉਹਨਾਂ ਨੂੰ ਬੁਰੀ ਤਰ੍ਹਾਂ ਪੀਟਣਾ ਸਮਾਜ ਦੇ ਵਿੱਚ ਬਹੁਤ ਨੀਵੇਂ ਪੱਧਰ ਤੇ ਰਹਿਣਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੀ ਆਰ ਅੰਬੇਦਕਰ ਤੋਂ ਵੱਧ ਹੋਰ ਕੌਣ ਸਮਝ ਸਕਦਾ ਸੀ ਤਾਂ ਇਹਨਾਂ ਨੇ ਇੱਕ ਆਰਟੀਕਲ ਐਡ ਕੀਤਾ ਆਰਟੀਕਲ ਨੰਬਰ 17 ਕਹਿੰਦੇ ਛੂਹਾ ਛੂਤ ਦਾ ਅੰਤ ਕਰ ਦਿੱਤਾ ਜਾਵੇ ਠੀਕ ਹੈ ਜੀ ਛੂਹਾ ਛੂਤ ਦਾ ਜਿਹੜਾ ਵੀ ਕੋਈ ਕੇਸ ਹੁੰਦਾ ਉਹਦੇ ਵਿੱਚ ਕੀ ਹੁੰਦਾ 6 ਮਹੀਨੇ ਪਲੱਸ 500 ਰੁਪਏ ਜੁਰਮਾਨਾ ਹੁੰਦਾ ਜੀ ਇਹ ਸਜ਼ਾ ਹੁੰਦੀ ਹੈ ਇਸ ਦੀ 6 ਮਹੀਨੇ ਪਲੱਸ 500 ਰੁਪਏ ਆਰਟੀਕਲ ਨੰਬਰ 14 ਦੀ ਗੱਲ ਕਰੀਏ ਤਾਂ ਕੀ ਕਹਿੰਦਾ ਇਕੁਐਲਿਟੀ ਬਿਫੋਰ ਲਾ ਇਕੁਐਲਿਟੀ ਬਿਫੋਰ ਲਾ ਬੀ ਲਾਅ ਦੇ ਅੱਗੇ ਸਾਰੇ ਇਕੁਅਲ ਨੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਬਟ ਇੱਕ ਐਗਜ਼ਾਮਪਲ ਦੀ ਗੱਲ ਕਰੀਏ ਤਾਂ 6 ਲੱਖ ਰੁਪਏ ਇੱਕ ਜਣੇ ਦੀ ਤਨਖਾਹ ਮੰਨ ਲੈਂਦੇ ਆ ਦੂਸਰੀ ਤਨਖਾਹ ਹੈਗੀ ਆ 6000 ਰੁਪਏ ਇੱਕ ਜਣੇ ਦੀ ਤਨਖਾਹ ਹੈਗੀ 6 ਲੱਖ ਰੁਪਏ ਦੂਸਰੀ ਤਨਖਾਹ ਹੈਗੀ 6000 ਰੁਪਏ ਠੀਕ ਹੈ ਜੀ ਇੱਕ ਮਹੀਨੇ ਦੀ ਲਾ ਲਓ ਦੋਵਾਂ ਨੇ ਸੇਮ ਕਰਾਇਮ ਕਰ ਦਿੱਤਾ ਦੋਵੇਂ ਲਾਅ ਅੱਗੇ ਆ ਕੇ ਖੜ ਗਏ ਦੋਵਾਂ ਨੂੰ ਸਜ਼ਾ ਸੁਣਾਈ ਜਾਣੀ ਆ ਤੇ ਕੀ ਦੋਵਾਂ ਨੂੰ ਜਿਹੜਾ ਹੈਗਾ 1 ਲੱਖ ਰੁਪਏ ਜੁਰਮਾਨਾ ਲੱਗੂਗਾ ਸਦਾ ਕੀ ਹੈਗੀ ਦੋਵਾਂ ਨੂੰ ਕਿੰਨਾ ਲੱਗੂਆ 1 ਲੱਖ ਰੁਪਏ ਜਮਾਨਾ ਲੱਗੂਆ ਤੇ ਇਹ ਕੀ ਇਕੁਐਲਟੀ ਬਿਫੋਰ ਲਾ ਹੈਗਾ 6 ਲੱਖ ਰੁਪਏ ਵਾਲਾ ਤਾਂ 1 ਲੱਖ ਰੁਪਏ इजीली ਭਰ ਦਊਗਾ ਕਿ 6000 ਵਾਲਾ 1 ਲੱਖ ਰੁਪਏ ਭਰ ਸਕਦਾ ਤਾਂ ਇਹ ਇਕੁਅਲ ਕਿੱਥੇ ਹੋਇਆ ਸਮਝ ਲੱਗੀ ਇਸ ਗੱਲ ਦੀ ਤਾਂ 6 ਲੱਖ ਰੁਪਏ 6000 ਰੁਪਏ ਇਕੁਅਲ ਨਹੀਂ ਹੋ ਰਿਹਾ ਸੀ ਦਾ ਤੇ ਇਸ ਕਰਕੇ ਇਸ ਦੇ ਵਿੱਚ ਇੱਕ ਹੋਰ ਆਰਟੀਕਲ ਜੋੜਿਆ ਗਿਆ ਸੀ ਜਿਸ ਦਾ ਨਾਮ ਸੀ ਇਕੁਅਲ ਪ੍ਰੋਟੈਕਸ਼ਨ ਬਿਫੋਰ ਲਾ ਇਕਵਲ ਪ੍ਰੋਟੈਕਸ਼ਨ ਬਿਫੋਰ ਲਾ ਇਸ ਦੇ ਵਿੱਚ ਕੀ ਕਹਿੰਦਾ ਵੀ ਜਿਸ ਦੀ ਕਿੰਨੀ ਕੋ ਹਸਿਆਤ ਹੈਗੀ ਉਸ ਸਾਹਮਣੇ ਉਸ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਰੇਸ਼ੋ ਦੇ ਹਿਸਾਬ ਨਾਲ ਠੀਕ ਹੈ ਜੀ ਆਰਟੀਕਲ ਨੰਬਰ 12 ਕੀ ਕਹਿੰਦਾ ਆਪਾਂ ਨੂੰ ਆਰਟੀਕਲ ਨੰਬਰ ਕਹਿੰਦਾ ਵੀ ਸਟੇਟ ਦੀ ਪਰਿਭਾਸ਼ਾ ਦਿੰਦਾ ਇਹਦੇ ਵਿੱਚ ਸਟੇਟ ਦੀ ਪਰਿਭਾਸ਼ਾ ਉਹ ਕਹਿੰਦਾ ਵੀ ਸਟੇਟ ਕੀ ਹੈਗੀ ਆ ਇਸ ਦੀ ਪਰਿਭਾਸ਼ਾ ਦਿੱਤੀ ਹੈ ਸਟੇਟ ਸਿੰਪਲ ਭਾਸ਼ਾ ਦੇ ਵਿੱਚ ਸਮਝਿਆ ਜਾਵੇ ਤਾਂ ਜਿਹੜਾ ਲਾ ਬਣਾਉਂਦਾ ਹੈ ਜਿਹੜਾ ਲਾ ਬਣਾਉਂਦਾ ਹੈ ਐਂਡ ਜਿਹੜਾ ਲਾ ਨੂੰ ਇੰਪਲੀਮੈਂਟ ਕਰਦਾ ਹੈ ਠੀਕ ਹੈ ਜੀ ਉਹ ਆਰਟੀਕਲ ਨੰਬਰ 12 ਵਿੱਚ ਆਉਂਦਾ ਉਸ ਨੂੰ ਕਹਿੰਦੇ ਨੇ ਸਟੇਟ ਯੂਨੀਅਨ ਸਰਕਾਰ ਹੈਗੀ ਹੈ ਸਟੇਟ ਸਰਕਾਰ ਹੈਗੀ ਹੈ ਇਹ ਲਾ ਬਣਾਉਂਦੀ ਹੈ ਬਟ ਇਹਨਾਂ ਨੂੰ ਇੰਪਲੀਮੈਂਟ ਮਿਊਨਿਸਪਲ ਕਮੇਟੀ ਵੀ ਕਰਦੀ ਹੈ ਪੰਚਾਇਤ ਕਮੇਟੀ ਵੀ ਕਰਦੀ ਹੈ ਤਾਂ ਇਹਦੇ ਵਿੱਚ ਚਾਰ categories ਆਉਂਦੀਆਂ ਨੇ ਸਟੇਟ ਦੇ ਵਿੱਚ ਯੂਨੀਅਨ ਸਟੇਟ ਮਿਊਨਿਸਪਲ ਤੇ ਪੰਚਾਇਤ ਤਾਂ ਜਿਹੜਾ ਲਾ ਬਣਾਉਂਦਾ ਐਂਡ ਜਿਹੜਾ ਇੰਪਲੀਮੈਂਟ ਕਰਦਾ ਉਹ ਸਟੇਟ ਦੇ ਵਿੱਚ ਆਉਂਦਾ ਤੇ ਸਟੇਟ ਦੀ ਪਰਿਭਾਸ਼ਾ ਆਰਟੀਕਲ ਨੰਬਰ 12 ਵਿੱਚ ਦਿੱਤੀ ਹੋਈ ਹੈ ਐਂਡ ਇਸ ਆਨਸਰ ਦਾ ਸਹੀ ਹੋਊਗਾ ਜੀ ਆਰਟੀਕਲ ਨੰਬਰ 18 ਇਸ ਦਾ ਉੱਤਰ ਸਹੀ ਹੋ ਜੂ। ਕਮੈਂਟ ਬਾਕਸ ਵਾਸਤੇ ਇੱਕ ਲਾਸਟ ਵਿੱਚ ਕੁਐਸਚਨ ਰੱਖਿਆ ਗਿਆ। ਉਹਨੂੰ ਡਿਟੇਲ ਵਿੱਚ ਡੇਲੀ ਡਿਸਕਸ ਕੀਤਾ ਜਾਂਦਾ ਤਾਂ ਜੋ ਲਗਭਗ ਇੱਕ ਕੁਐਸਚਨ ਆਪਣਾ ਪੂਰੀ ਤਰ੍ਹਾਂ ਰੈਡੀ ਹੋ ਜਾਵੇ। ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਐਂਡ ਨੋਟ ਕਰਕੇ ਰੱਖਣਾ। ਚਲੋ ਨੈਕਸਟ ਆਪਣੇ ਕੋਲ ਕੀ ਹੈ ਜੀ? ਹਾਂ ਜੀ ਥੋੜਾ ਜਿਆਦਾ ਰਿਵਾਈਜ਼ ਕਰ ਲਏ ਜਨ। ਜੋ ਆਪਣੇ ਕੋਲ ਮਿਲੇ ਨੇ ਨੋਬਲ ਪੁਰਸਕਾਰ 2022 ਦੇ ਪੀਸ ਦਾ ਕਿਸ ਨੂੰ ਮਿਲਿਆ ਜੀ? ਅਲਾਸ ਬਲੈਸਕੀ ਨੂੰ ਮਿਲਿਆ ਹੈਗਾ। ਇੱਕ ਆਰਗੇਨਾਈਜੇਸ਼ਨ ਹੈਗੀ ਆ ਮੈਮੋਰੀਅਲ ਐਂਡ ਇੱਕ ਹੋਰ ਆਰਗੇਨਾਈਜੇਸ਼ਨ ਹੈਗੀ ਜਿਸ ਦਾ ਨਾਮ ਹੈਗਾ ਸੈਂਟਰ ਫਾਰ ਸਿਵ 20 ਨੋਬਲ ਪੁਰਸਕਾਰ ਇੱਕ ਆਦਮੀ ਨੂੰ ਮਿਲਿਆ ਜੀ ਬੈਲਾਰੂਸ ਦੇ ਨੇ ਐਂਡ ਟੂ ਆਰਗੇਨਾਈਜੇਸ਼ਨ ਨੇ ਆਰਗੇਨਾਈਜੇਸ਼ਨ ਮੈਮੋਰੀਅਲ ਆਰਗੇਨਾਈਜੇਸ਼ਨ ਸੈਂਟਰ ਫਾਰ ਲਿਬਰਟੀਆਂ ਲਿਟਰੇਚਰ ਦੀ ਗੱਲ ਕਰੀਏ ਤਾਂ ਐਨੀ ਅਰਨੋਕਸ ਨੂੰ ਮਿਲਿਆ ਹੈਗਾ ਮੈਡੀਸਿਨ ਦੇ ਤੇ ਗੱਲ ਕਰੀਏ ਤਾਂ ਪ੍ਰੋਫੈਸਰ ਸਵੰਤੇ ਪਾਬੋ ਨੂੰ ਮਿਲਿਆ ਹੈਗਾ ਜੀ ਫਿਜ਼ਿਕਸ ਦੀ ਗੱਲ ਕਰੀਏ ਤਾਂ ਐਲਨ ਆਸਪੈਕਟ ਜੋਹਨ ਕਲਾਉਜ਼ਰ ਐਂਡ ਐਂਟਨ ਜ਼ੈਲੀਗਰ ਨੂੰ ਕੈਮਿਸਟਰੀ ਦੇ ਵਿੱਚ ਬਲਟੋਜ਼ੀ ਨੂੰ ਮਿਲਿਆ ਹੈਗਾ ਮੈਲਦਲ ਐਂਡ ਸ਼ਾਰਪਲਸ ਇਹ ਤਿੰਨਾਂ ਨੂੰ ਮਿਲਿਆ ਹੈਗਾ ਇਕਨੋਮਿਕਸ ਦੇ ਵਿੱਚ ਕਦੋਂ ਡਿਕਲੇਅਰ ਹੋਊਗਾ 10 ਸੀਗ ਨੂੰ ਡਿਕਲੇਅਰ ਹੋਊਗਾ ਇਸ ਕਰਕੇ ਇਸ ਚੈਨਲ ਤੁਸੀ ਜੁੜੇ ਰਹਿਣਾ ਜਦੋਂ ਵੀ ਆਊਗਾ ਆਪਾਂ ਇੱਥੇ ਚੱਕ ਕੇ ਲੈ ਆਵਾਂਗੇ ਠੀਕ ਹੈ ਜੀ ਚਲੋ ਅੱਜ ਦਾ ਪਹਿਲਾ ਕੁਐਸਚਨ ਕੀ ਹੈ ਜੀ ਕੈਪਟਨ ਅਬਰਾਹਮ ਟੈਰੋਰ ਠੀਕ ਹੈ ਜੀ ਕੈਪਟਨ ਅਬਰਾਹਮ ਟੈਰੋਰ ਚੂਜ਼ਨ ਐਜ਼ ਅ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਕੈਪਟਨ ਅਬਰਾਹਮ ਟੋਰ ਜਿਹੜੇ ਹੈਗੇ ਨੇ ਇੱਕ ਕਿਸ ਕੰਟਰੀ ਦੇ ਪ੍ਰੈਜ਼ੀਡੈਂਟ ਚੁਣੇ ਗਏ ਨੇ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਸਹੀ ਉਤਰ ਹੋ ਜੂਗਾ ਦੀ ਐਜ਼ ਅ ਫਰਸਟ ਬੁਰਕਾਨੋ ਫਾਸੋ ਬੁਰਕਾਨੀਆ ਫਾਸੋ ਦੇ ਪ੍ਰੈਜ਼ੀਡੈਂਟ ਚੁਣੇ ਗਏ ਨੇ ਕੈਪਟਨ ਅਬਰਾਹਮ ਟੌਰ ਆ ਤੁਹਾਡੇ ਸਾਹਮਣੇ ਪਿਕਚਰ ਹੈ ਜੀ ਕੈਪਟਨ ਅਬਰਾਹਮ ਟੌਰ ਦੀ ਇਹ ਚੁਣੇ ਗਏ ਨੇ ਬਰਕਾਨੋ ਫਾਸਿਆ ਦੇ ਪ੍ਰੈਜ਼ੀਡੈਂਟ ਇੱਥੇ ਕੀ ਹੈਗਾ ਮਿਲਟਰੀ ਰਾਜ ਹੈਗਾ ਜੀ ਪਿਕਚਰ ਤੋਂ ਹੀ ਵੈਸੇ ਕਲੀਅਰ ਹੋ ਰਿਹਾ ਇੱਥੇ ਕੀ ਹੈਗਾ ਮਿਲਟਰੀ ਰਾਜ ਹੈਗਾ ਤਾਂ ਇਹਨਾਂ ਨੇ ਹਾਲ ਹੀ ਵਿੱਚ ਕੀ ਹੈਗਾ ਇਹਨਾਂ ਨੇ ਆਪ ਦੇ ਆਪ ਨੂੰ ਪ੍ਰੈਜ਼ੀਡੈਂਟ ਘੋਸ਼ਿਤ ਕਰਤਾ ਬਰਕਾਨੋ ਫਾਸਿਓ ਦਾ ਠੀਕ ਹੈ ਜੀ ਕਿੰਨੀ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਇਸ ਪ੍ਰੈਜ਼ੀਡੈਂਟ ਕੌਣ ਚੁਣੇ ਗਏ ਨੇ ਵਿਲੀਅਮ ਰੂਟੋ ਵਿਲੀਅਮ ਰੂਟੋ ਇਸ ਪ੍ਰੈਜ਼ੀਡੈਂਟ ਚੁਣੇ ਗਏ ਨੇ Egypt ਦੀ ਗੱਲ ਕਰੀਏ ਤਾਂ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਹੋ ਜਾਣਗੇ ਅਬਦਲ ਫਤਾ ਅਬਦਲ ਫਤਾ ਇੰਡੋਨੇਸ਼ੀਆ ਦੀ ਗੱਲ ਕਰੀਏ ਤਾਂ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਹੋ ਜਾਣਗੇ ਜੋਕੋ ਵਿਡੋਡੋ ਜੋਕੋ ਵਿਡੋਡੋ ਕਿਉਂ ਹੋ ਇੰਪੋਰਟੈਂਟ ਹੈਗਾ ਕਿਉਂਕਿ ਇਹ ਇਸ ਵਾਰੀ G20 ਦੇ ਕੀ ਨੇ ਪ੍ਰੈਜ਼ੀਡੈਂਟ ਨੇ G20 ਕਿੱਥੇ ਹੋ ਰਹੀ ਹੈ ਇੰਡੋਨੇਸ਼ੀਆ ਵਿੱਚ ਹੈਲਡ ਹੋ ਰਹੀ ਹੈ ਉੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਜੋ ਕੋ ਵੀ ਡੋਡੋ ਨੇ ਉਹੀ G20 ਦੇ ਇਸ ਵਾਰ ਪ੍ਰੈਜ਼ੀਡੈਂਟ ਬਣੇ ਨੇ ਇਹ ਤੁਸੀਂ ਧਿਆਨ ਚ ਰੱਖਣਾ ਫੋਮਿਓ ਕਸ਼ੀਦਾ ਦੀ ਗੱਲ ਕਰੀਏ ਤਾਂ ਫੋਮਿਓ ਕਸ਼ੀਦਾ ਕਿੱਥੋਂ ਦੇ ਪ੍ਰਧਾਨ ਮੰਤਰੀ ਨੇ ਇਹ ਹੈਗੇ ਨੇ ਜਾਪਾਨ ਦੇ ਪੀਐਮ ਯਾਰ ਲੈਪਰ ਦੀ ਗੱਲ ਕਰੀਏ ਤਾਂ ਇਹ ਇਜ਼ਰਾਈਲ ਦੇ ਪੀਐਮ ਹੋ ਜਾਣਗੇ ਜੀ ਇਜ਼ਰਾਈਲ ਦੇ ਪੀਐਮ ਵਿਕਰਮਾ ਸਿੰਘੇ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਦੇ శ్రీਲੰਕਾ ਦੇ ਪ੍ਰੈਜ਼ੀਡੈਂਟ శ్రీਲੰਕਾ ਦੇ ਪ੍ਰੈਜ਼ੀਡੈਂਟ ਹੋ ਜਾਣਗੇ ਜੀ ਠੀਕ ਹੈ ਜੀ Sri Lanka ਦੇ ਪ੍ਰਧਾਨ ਮੰਤਰੀ ਪੁੱਛਲੇ ਜਾਂ ਤਾਂ ਇਹ ਕੌਣ ਹੋ ਜਾਣਗੇ ਦਿਨੇਸ਼ ਗੁਣਵਰਦਨਾ ਦਿਨੇਸ਼ ਗੁਰਵਰਦਨਾ ਇਹ ਤੁੰਦੇ ਹੋ ਜਾਣਗੇ ਪੀਐਮ ਐਂਡ ਪ੍ਰੈਜ਼ੀਡੈਂਟ ਪੁੱਛਲੇ ਜਾਂਦਾ ਵਿਕਰਮਾ ਸਿੰਘ ਜੇਲੈਂਸਕੀ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਦੇ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਜੀ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਨ੍ਹਾਂ ਨੂੰ ਹਾਲੀ ਵਿੱਚ ਕੀ ਮਿਲਿਆ ਲਿਬਰਟੀ ਅਵਾਰਡ ਲਿਬਰਟੀ ਮੈਡਲ 2022 ਨਾਲ ਸਮਰਿਤ ਕੀਤਾ ਗਿਆ ਲੇਜ਼ੀ ਟਰਸ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਦੇ ਨੇ ਇਹ ਹੈਗੇ ਨੇ ਯੂਕੇ ਦੇ ਪੀਐਮ ਨੇ ਜੌਰਜੀਆ ਮੈਲੋਨੀ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਦੇ ਬਣੇ ਨੇ ਹਾਲੀ ਵਿੱਚ ਇਟਲੀ ਦੇ ਪੀਐਮ ਬਣੇ ਨੇ ਇਟਲੀ ਦੀ ਫਰਸਟ ਔਮਨ ਪੀਐਮ ਬਣੇ ਨੇ ਜੌਰਜੀਆ ਮੈਲੋਨੀ ਮੁਹੰਮਦ ਬਿਨ ਸੁਲਮਾਨ ਕਿੱਥੋਂ ਦੇ ਪੀਐਮ ਬਣੇ ਨੇ ਹਾਲੀ ਵਿੱਚ ਤਾਂ ਇਹ ਬਣੇ ਨੇ ਸਾਊਦੀ ਅਰੇਬੀਆ ਦੇ ਸਾਊਦੀ ਅਰੇਬੀਆ ਦੇ ਹਾਲੀ ਵਿੱਚ ਰਿਹਾ ਸੀਗਾ ਜੀ ਮੁਹੰਮਦ ਬਿਨ ਸੁਲਮਾਨ ਕਿੱਥੋਂ ਦੇ ਬਣੇ ਨੇ ਸਾਊਦੀ ਅਰੇਬੀਆ ਦੇ ਬਣੇ ਨੇ ਨੈਕਸਟ ਕੁਐਸਚਨ ਆਪਣੇ ਕੋਲ ਕੀ ਬਣਿਆ ਜੀ ਕਿਸ ਸਾਲ ਤੱਕ ਭਾਰਤੀ ਰੇਲਵੇ ਨੇ ਨੈਟ ਜ਼ੀਰੋ ਕਾਰਬਨ ਐਮੀਸ਼ਨ ਬਣਨ ਦਾ ਟੀਚਾ ਰੱਖਿਆ ਹੈ ਨੈਟ ਜ਼ੀਰੋ ਕਾਰਬਨ ਐਮੀਸ਼ਨ ਇਹ ਨੈਟ ਜ਼ੀਰੋ ਕਾਰਬਨ ਐਮੀਸ਼ਨ ਹੈ ਕੀ ਕਾਰਬਨ ਕੀ ਹੈ ਸਮਝ ਲਓ ਪ੍ਰਦੂਸ਼ਣ ਹੈ ਤਾਂ ਕਾਰਬਨ ਦਾ ਯੂਜ਼ ਕਾਰਬਨ ਕਾਦੇ ਵਿੱਚ ਯੂਜ਼ ਹੁੰਦਾ ਕੋਲੇ ਦੇ ਵਿੱਚ ਡੀਜ਼ਲ ਦੇ ਵਿੱਚ ਪੈਟਰੋਲ ਦੇ ਵਿੱਚ ਇਹਨਾਂ ਚੀਜ਼ਾਂ ਦਾ ਯੂਜ਼ ਜ਼ੀਰੋ ਕਰਨਾ ਹੈ ਇਹਨਾਂ ਚੀਜ਼ਾਂ ਦਾ ਯੂਜ਼ ਜ਼ੀਰੋ ਹੋਊਗਾ ਤਾਂ ਪੋਲਿਊਸ਼ਨ ਵੀ ਕੀ ਹੋ ਜਾਊਗਾ ਆਟੋਮੈਟਿਕਲੀ ਜ਼ੀਰੋ ਹੋ ਜਾਊਗਾ ਤੇ ਇਹ ਚੀਜ਼ ਕਦੋਂ ਸੰਭਵ ਹੋ ਸਕਦੀ ਹੈ ਜਦੋਂ ਕੀ ਕੀਤਾ ਜਾਵੇ ਇਲੈਕਟ੍ਰੀਫਿਕੇਸ਼ਨ ਕੀਤਾ ਜਾਵੇ ਇਲੈਕਟ੍ਰੀਫਿਕੇਸ਼ਨ ਕੀਤਾ ਜਾਵੇ ਠੀਕ ਹੈ ਜਦੋਂ ਟ੍ਰੇਨ ਦਾ ਪੂਰੀ ਤਰ੍ਹਾਂ ਇਲੈਕਟ੍ਰੀਫਿਕੇਸ਼ਨ ਹੋਊਗਾ ਤਾਂ ਹੀ ਇਹ ਚੀਜ਼ ਸੰਭਵ ਹੋ ਸਕਦੀ ਹੈ ਤਾਂ ਇਸ ਦਾ ਜਿਹੜਾ ਟੀਚਾ ਲੈ ਕੇ ਚੱਲੀ ਆਪਣੇ ਕੋਲੇ ਰੇਲਵੇ ਇੰਡੀਅਨ ਰੇਲਵੇ ਤਾਂ ਇਹ ਟੀਚਾ ਸਾਹੀ ਉਤਰ ਹੋ ਜੂਗਾ ਜੀ ਫਰਸਟ 2030 ਤੱਕ ਇਹ ਜਿਹੜਾ ਟੀਚਾ ਪੂਰਾ ਕਰਨਾ ਹੈ ਨੈਟ ਜ਼ੀਰੋ ਕਾਰਬਨ ਐਮਿਸ਼ਨ ਦਾ ਵੀ ਕਾਰਬਨ ਦਾ ਜਿਹੜਾ ਉਤਸਰਜਨ ਹੈਗਾ ਉਹ 0% ਕਰ ਦੇਣਾ 65% ਆਲਰੇਡੀ ਜਿਹੜਾ ਹੈਗਾ ਇਲੈਕਟ੍ਰੀਫਿਕੇਸ਼ਨ ਹੋ ਚੁੱਕਿਆ ਜੀ ਇੰਡੀਅਨ ਰੇਲਵੇ ਦਾ 65% ਆਲਰੇਡੀ ਇਲੈਕਟ੍ਰੀਫਿਕੇਸ਼ਨ ਹੋ ਚੁੱਕਿਆ ਇਹ ਜਿਹੜੀ ਸਟਾਰਟ ਹੋਈ ਸੀ ਲੈਟਰੀਫਿਕੇਸ਼ਨ ਦੀ ਕਿਰਿਆ 2019 ਤੋਂ ਸਟਾਰਟ ਹੋਈ ਸੀਗੀ ਹੁਣ ਚੱਲ ਰਿਹਾ ਹੈਗਾ 2022 ਠੀਕ ਹੈ ਜੀ ਜਿਹੜਾ 35% ਬਾਕੀ ਬਚ ਗਿਆ ਉਹ ਕਦੋਂ ਤੱਕ ਪੂਰਾ ਹੋਗਾ ਉਹ ਹੋਗਾ 2030 ਤੱਕ ਇੱਥੇ ਕੁਐਸਚਨ ਪੈਦਾ ਹੁੰਦਾ ਹੈ ਵੀ 65% ਜਿਹੜਾ ਹੈਗਾ 2019 ਤੋਂ ਲੈ ਕੇ 2022 ਦੇ ਵਿੱਚ ਹੋ ਗਿਆ ਤੇ 35% ਨੂੰ ਪੂਰੇ ਹੋਣ ਲੱਗੇ 8 ਸਾਲ ਲੱਗੇ ਜਾਣਗੇ ਇਸ ਦਾ ਕਾਰਨ ਕੀ ਹੈਗਾ ਵੀ ਨਵੀਂ ਜਿਹੜੀਆਂ ਆਪਣੇ ਕੋਲ ਰੇਲਵੇ ਟਰੈਕਸ ਉਹ ਬਸੋਣੀਆਂ ਰਹਿਂਦੀਆਂ ਨੇ ਉਦੋਂ ਤੱਕ ਬਿਜਲੀ ਪਹੁੰਚਾਉਣੀ ਪਰ ਇੰਡੀਆ ਹਜੇ ਆਪਣੇ ਕੋਲੇ ਨਵੇਂ ਇਹਦੇ ਵਿੱਚ ਕੰਮ ਕਰਨ ਵਾਲੇ ਰਹਿੰਦੇ ਨਹੀਂ ਤਾਂ ਇਸ ਕਰਕੇ 35% ਨੂੰ ਪੂਰਾ ਕਰਨ ਲੱਗੇ 8 ਸਾਲ ਲੱਗ ਜਾਣਗੇ ਤਾਂ ਇਸ ਦਾ ਟਾਰਗੇਟ 2030 ਰੱਖਿਆ ਗਿਆ ਜੀ ਮਿਨਿਸਟਰੀ ਆਫ ਰੇਲਵੇ ਦੀ ਗੱਲ ਕਰੀਏ ਰੇਲਵੇ ਮਿਨਿਸਟਰ ਕੌਣ ਹੋ ਜਾਣਗੇ ਤਾਂ ਅਸ਼ਵਨੀ ਵੈਸ਼ਨਵ ਹੋ ਜਾਣਗੇ ਅਸ਼ਵਨੀ ਵੈਸ਼ਨਵ ਠੀਕ ਹੈ ਜੀ ਰੇਲਵੇ ਬੋਰਡ ਦੇ ਚੇਅਰਮੈਨ ਪੁੱਛਲੇ ਜਾਂ ਤਾਂ ਚੇਅਰਮੈਨ ਕੌਣ ਹੋ ਜਾਣਗੇ ਵੀ ਕੇ ਤ੍ਰਿਪਾਟੀ ਵੀ ਕੇ ਤ੍ਰਿਪਾਟੀ ਇਹਨਾਂ ਜਿਹੜਾ ਨੂੰ ਤੁਸੀਂ ਧਿਆਨ ਰੱਖਣਾ ਹੈਗਾ ਚਲੋ ਟਾਰਗੇਟਸ ਦੀ ਗੱਲ ਕਰੀਏ ਤਾਂ ਰੈਬੀਸ ਨੂੰ ਖਤਮ ਕਰਨ ਦਾ ਇੰਡੀਆ ਨੇ ਟਾਰਗੇਟ ਕਦੋਂ ਰੱਖਿਆ ਜੀ 2030 ਤੱਕ 2030 ਤੱਕ ਰੈਬੀਸ ਨੂੰ ਖਤਮ ਕਰਨਾ ਹੈ ਮਲੇਰੀਆ ਦਾ ਟਾਰਗੇਟ ਕੀ ਰੱਖਿਆ ਜੀ ਇਹ ਵੀ ਰੱਖਿਆ 2030 ਤੱਕ ਟੀਵੀ ਦਾ ਟਾਰਗੇਟ ਕੀ ਰੱਖਿਆ ਇਹ ਰੱਖਿਆ 2025 ਤੱਕ ਠੀਕ ਹੈ ਜੀ 2025 ਤੱਕ ਜਿਹੜਾ ਹੈਗਾ ਖਤਮ ਕਰਨਾ ਹੈਗਾ ਕਾਲਾ ਅਜ਼ਰ ਦਾ ਜਿਹੜੀ ਗੱਲ ਕਰੀਏ ਇਸ ਨੂੰ ਖਤਮ ਕਰਨ ਦਾ ਟਾਰਗੇਟ ਕੀ ਰੱਖਿਆ ਭਾਰਤ ਵੱਲੋਂ ਤਾਂ 2023 ਤੱਕ ਇਸ ਨੂੰ ਕੀ ਕਰਨਾ ਹੈ ਖਤਮ ਕਰਨਾ ਜੀ ਨੈਕਸਟ ਗੱਲ ਕਰੀਏ 175 ਗੀਗਾਵਾਟ ਰੀਨੇਬਲ એનર્ਜੀ ਇਸ ਦਾ ਟਾਰਗੇਟ ਕੀ ਰੱਖਿਆ ਹੈ 2022 ਦੇ ਅੰਤ ਤੱਕ ਇਸ ਨੂੰ ਅਚੀਵ ਕਰਨਾ ਹੈ 450 ਗੀਗਾਵਾਟ ਰੀਨੇਬਲ એનર્ਜੀ ਇਸ ਦਾ ਟਾਰਗੇਟ ਕਿੰਨਾ ਰੱਖਿਆ ਭਾਰਤ ਨੇ ਤਾਂ ਇਹ ਰੱਖਿਆ 2030 ਨੈਟ ਜ਼ੀਰੋ ਕਾਰਬਨ ਐਮਿਸ਼ਨ ਕਾਰਬਨ ਦਾ ਉਤਸਰਜਨ ਭਾਰਤ ਦੇ ਵਿੱਚ ਜ਼ੀਰੋ ਕਰ ਦੇਣਾ ਤੇ ਇਹ ਟਾਰਗੇਟ ਕਿੰਨਾ ਰੱਖਿਆ ਇਹ ਰੱਖਿਆ 2070 ਬਹੁਤ ਇੰਪੋਰਟੈਂਟ ਹੈ ਇਸ ਨੂੰ ਤੁਸੀਂ ਧਿਆਨ ਰੱਖਣਾ ਹੈ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਹਰ ਘਰ ਜਲਦੀ ਗੱਲ ਕਰੀਏ ਹਰ ਘਰ ਦੇ ਵਿੱਚ ਜਲ ਪਹੁੰਚਾਉਣਾ ਹੈਗਾ ਇਸ ਦਾ ਟਾਰਗੇਟ ਕਿੰਨਾ ਰੱਖਿਆ ਹੈਗਾ ਇਸ ਦਾ ਟਾਰਗੇਟ ਰੱਖਿਆ ਹੈਗਾ 2024 ਇਹਨਾਂ ਚ ਢਣ ਤੁਸੀਂ ਧਿਆਨ ਰੱਖਣਾ ਹੈਗਾ ਇਹਦੇ ਵਿੱਚੋਂ ਕੁਐਸਚਨ ਪੇਪਰ ਦੇ ਵਿੱਚ ਬਣ ਸਕਦਾ ਹੈ ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ ਜੀ ਪ੍ਰਧਾਨ ਮੰਤਰੀ ਮੋਦੀ ਕਿਸ ਪਿੰਡ ਨੂੰ ਭਾਰਤ ਦਾ ਪਹਿਲਾ ਸੋਲਰ ਆਈ ਡਿਪਿੰਡ ਘੋਸ਼ਿਤ ਕਰ ਕੀਤਾ ਹੈ ਠੀਕ ਹੈ ਜੀ ਇੰਡੀਆਸ ਫਰਸਟ ਸੋਲਰਾਈਜ਼ਡ ਵਿਲੇਜ ਪੂਰੀ ਤਰ੍ਹਾਂ ਸੋਲਰ ਪਾਵਰ ਤੇ ਚੱਲਣ ਵਾਲਾ ਵਿਲੇਜ ਪ੍ਰਧਾਨ ਮੰਤਰੀ ਵੱਲੋਂ ਹਾਲੀ ਵਿੱਚ ਘੋਸ਼ਿਤ ਕੀਤਾ ਗਿਆ ਹੈ ਔਸਤ ਤੁਹਾਡੇ ਸਾਹਮਣੇ ਨੇ ਸਹੀ ਜਵਾਬ ਉੱਤਰ ਹੋ ਜੂਗਾ ਜੀ ਮੋਡੇਰਾ ਮੋਡੇਰਾ ਵਿਲੇਜ ਹੈਗਾ ਕਿੱਥੋਂ ਹੈਗਾ ਇਹ ਹੈਗਾ ਗੁਜਰਾਤ ਦੇ ਵਿੱਚ ਗੁਜਰਾਤ ਦਾ ਇੱਕ ਵਿਲੇਜ ਹੈਗਾ ਮੁੰਡੇਰਾ ਉਸ ਨੂੰ ਕੰਪਲੀਟਲੀ ਸੋਲਰਾਈਜ਼ਡ ਕੋਸ਼ਿਤ ਕਰ ਦਿੱਤਾ ਗਿਆ ਇਸ ਦਾ ਉਦਘਾਟਨ ਕਿਸ ਦੇ ਵੱਲੋਂ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਵੱਲੋਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਇਹ ਤੁਸੀਂ ਧਿਆਨ ਰੱਖਣਾ ਹੈਗਾ ਜੀ ਠੀਕ ਹੈ ਜੀ ਹਰਾਈਸਲ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਦਾ ਵਿਲੇਜ ਹੈਗਾ ਇਹ ਹੈਗਾ ਅਮਰਾਵਤੀ ਦਾ ਅਮਰਾਵਤੀ ਦਾ ਇੱਕ ਵਿਲੇਜ ਹੈਗਾ ਇਥੇ ਕੀ ਹੈ ਕਿ ਇੰਡੀਆ ਦਾ ਫਰਸਟ ਡਿਜੀਟਲ ਵਿਲੇਜ ਇੰਡੀਆਸ ਫਰਸਟ ਡਿਜੀਟਲ ਵਿਲੇਜ ਪੁੱਛਿਆ ਜਾਵੇ ਤਾਂ ਹਰਾਈਸਲ ਹੋ ਜਾਊਗਾ ਪਰਾਗਪੁਰ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਦਾ ਵਿਲੇਜ ਹੈਗਾ ਠੀਕ ਹੈ ਜੀ ਇਹ ਵਿਲੇਜ ਹੋਊਗਾ ਇੰਡੀਆਸ ਫਰਸਟ ਹੈਰੀਟੇਜ ਵਿਲੇਜ ਫਰਸਟ ਹੈਰੀਟੇਜ ਵਿਲੇਜ ਆਫ ਇੰਡੀਆ ਪਰਾਗਪੁਰ ਕੰਬਲਗੁਣੀ ਦੀ ਗੱਲ ਕਰੀਏ ਤਾਂ ਇਹ ਕਿੱਥੇ ਹੈਗਾ ਕੇਰਲਾ ਦੇ ਵਿੱਚ ਹੈਗਾ ਇਹ ਕੀ ਹੈ ਜੀ ਇੰਡੀਆਸ ਫਰਸਟ ਸੈਨੇਟਰੀ ਨੈਪਕਿਨ ਫਰੀ ਵਿਲੇਜ ਇੰਡੀਆਸ ਫਰਸਟ ਸੈਨੇਟਰੀ ਨੈਪਕਿਨ ਫਰੀ ਵਿਲੇਜ ਠੀਕ ਹੈ ਜੀ ਸੈਨੇਟਰੀ ਨੈਪਕਿਨ ਫਰੀ ਵਿਲੇਜ ਭਾਰਤ ਦਾ ਕਿਹਲਾ ਬਣ ਚੁਕਿਆ ਜੀ ਕੁੰਬਲਗੁਣੀ ਬਣ ਚੁਕਿਆ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਇੰਡੀਆਸ ਫਰਸਟ ਲੀਥੀਅਮ ਰਫਾਇਨਰੀ ਇਹ ਕਿੱਥੇ ਲਗਾਈ ਜਾਊਗੀ ਇਹ ਲਗਾਈ ਜਾਊਗੀ ਜੀ ਗੁਜਰਾਤ ਦੇ ਵਿੱਚ ਫਰਸਟ ਸੈਮੀ ਕੈਰੈਕਟਰ ਪਲਾਂਟ ਭਾਰਤ ਦਾ ਕਿੱਥੇ ਲਗਾਇਆ ਜਾਊਗਾ ਇਹ ਵੀ ਲਗਾਇਆ ਜਾਊਗਾ ਜੀ ਕਿੱਥੇ ਗੁਜਰਾਤ ਦੇ ਵਿੱਚ ਇੰਡੀਆਸ ਫਰਸਟ ਜੀਓਥਰਮਲ ਪਾਵਰ ਪਲਾਂਟ ਇਹ ਕਿੱਥੇ ਲਗਾਇਆ ਗਿਆ ਜੀ ਇਹ ਲਗਾਇਆ ਗਿਆ ਲਦਾਖ ਦੇ ਵਿੱਚ ਕਿੰਨੀ ਉਚਾਈ ਤੇ ਲਗਾਇਆ ਗਿਆ 14000 ਫੁੱਟ ਦੇ ਉੱਤੇ ਲਗਾਇਆ ਰਿਹਾ ਜੀ ਇੰਡੀਆਸ ਫਰਸਟ ਗ੍ਰੀਨ ਹਾਈਡਰੋਜਨ ਪਲਾਂਟ ਇਹ ਕਿੱਥੇ ਲਗਾਇਆ ਗਿਆ ਇਹ ਲਗਾਇਆ ਗਿਆ ਅਸਾਮ ਦੇ ਵਿੱਚ ਇੰਡੀਆਸ ਫਰਸਟ ਇਥਨਲ ਪਲਾਂਟ ਇਹ ਕਿੱਥੇ ਲਗਾਇਆ ਗਿਆ ਜੀ ਇਹ ਲਗਾਇਆ ਗਿਆ ਛੱਤੀਸਗੜ ਦੇ ਵਿੱਚ ਇਨਾ ਜੀ ਜਿਹੜਾ ਤੁਸੀਂ ਧਿਆਨ ਰੱਖਣਾ ਜੀ ਨੈਕਸਟ ਕੁਐਸਚਨ ਆਪਣੇ ਕੋਲ ਕੀ ਬਣਿਆ ਜੀ ਰੈਸਟ ਆਫ ਇੰਡੀਆ ਬੀਟ ਸ਼ੌਰਾਸਟਰ ਬਾਏ 8 ਵਿਕਟਸ ਟੂ ਵਿਨ ਇਰਾਨੀ ਟਰਾਫੀ ਇਰਾਨੀ ਟਰਾਫੀ ਰਿਲੇਟਡ ਟੂ ਵਿਚ ਗੇਮ ਹਾਂਜੀ ਕੈਨ ਬੀ ਜਿਹੜੀ ਰੈਸਟ ਆਫ ਇੰਡੀਆ ਇੱਕ ਟੀਮ ਦਾ ਨਾਮ ਹੈਗਾ ਆਪਣੇ ਕੋਲ ਰੈਸਟ ਆਫ ਇੰਡੀਆ ਉਸਨੇ ਸ਼ੌਰਾਸਟਰ ਨੂੰ 8 ਵਿਕਟ ਨਾਲ ਹਰਾ ਦਿੱਤਾ ਕਾਦੇ ਵਿੱਚ ਇਰਾਨੀ ਟਰਾਫੀ ਵਿੱਚ ਕੁਐਸਚਨ ਕੀ ਪੁੱਛਿਆ ਤੁਹਾਡੇ ਵਾਸਤੇ ਇਰਾਨੀ ਟਰਾਫੀ ਦਾ ਸਬੰਧ ਕਿਸ ਗੇਮ ਨਾਲ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਇਸ ਦਾ ਸਾਇਤਰ ਹੋ ਜੂਗਾ ਜੀ ਸੈਕੰਡ ক্রিকেট ਨਾਲ ਸੰਬੰਧ ਹੈ ਜੀ ইরਾਨੀ ਟਰੋਫੀ ਦਾ ਠੀਕ ਹੈ ਜੀ ਕਿਸ ਨੇ ਜਿੱਤਿਆ ਹੈ ਟੀਮ ਦਾ ਨਾਮ ਹੈਗਾ ਰੈਸਟ ਆਫ ਇੰਡੀਆ ਕਿਸ ਨੂੰ ਹੋ ਰਾ ਕੇ ਸੌਰਾਸ਼ਟਰ ਨੂੰ ਹੋ ਰਾ ਕੇ ਜਿੱਤਿਆ ਜੀ ਇਹ ਸੀ ਨੂੰ ਤੁਸੀਂ ਧਿਆਨ ਰੱਖਣਾ ਹੈ ইরਾਨੀ ਟਰੋਫੀ ਦੀ ਗੱਲ ਕਰੀਏ ਤਾਂ ਇਹ ਇੱਕ ਟੈਸਟ ਮੈਚ ਹੈ ਜੀ ਟੈਸਟ ਮੈਚ ਟੂਰਨਾਮੈਂਟ ਹੈਗਾ ਇਹ ਕਿਨੇ ਦੁਆਰਾ ਕੰਡਕਟ ਕਰਾਇਆ ਜਾਂਦਾ ਹੈ ਬੀਸੀਸੀਆਈ ਵੱਲੋਂ ਕਰਾਇਆ ਜਾਂਦਾ ਜੀ ਬੋਰਡ ਆਫ ਕ੍ਰਿਕਟ ਠੀਕ ਹੈ ਜੀ ਇਹਦੇ ਵੱਲੋਂ ਕੰਡਕਟ ਕਰਾਇਆ ਜਾਂਦਾ ਇਸ ਦੇ ਚੇਅਰਮੈਨ ਪੋਸੇ ਜਾਣਾ ਇਸ ਟਾਈਮ ਕੌਣ ਨੇ ਤਾਂ ਉਹ ਹੋ ਜਾਣਗੇ ਸਰਵ ਗੌਂਗਲੀ ਸੌਰਵ ਗੌਂਗਲੀ ਇਸ ਦੇ ਹੈੱਡਕ quarters ਕਿੱਥੇ ਨੇ ਤਾਂ ਉਹ ਹੋ ਜਾਣਗੇ ਮੁੰਬਈ ਦੇ ਵਿੱਚ cricket ਦੀ ਗੱਲ ਕਰੀਏ ਤਾਂ ਇਸ ਦੇ ਨਾਲ ਸੰਬੰਧਿਤ ਕਿਹੜੀ ਕਿਹੜੀ trophies ਨੇ ਇੱਕ ਹੈਗੀ ਜੀ ਰੰਜੀ ਟਰਾਫੀ ਰੰਜੀ ਟਰਾਫੀ 2022 ਦੇ ਵਿੱਚ ਹੋਈ ਸੀ ਤਾਂ ਕਿਸ ਨੇ ਜਿੱਤੀ ਸੀ ਇਹ ਜਿੱਤੀ ਸੀ Madhya Pradesh ਨੇ ਹਰਾਇ ਕਿਸ ਨੂੰ ਸੀਗਾ ਮੁੰਬਈ ਨੂੰ ਹਰਾ ਕੇ ਦਿੱਤੀ ਸੀ Madhya Pradesh ਰੰਜੀ ਟਰਾਫੀ ਨੂੰ ਜਿੱਤਨ ਪਹਿਲੀ ਵਾਰ ਜਿੱਤਿਆ ਜੀ ਇਸ ਨੇ ਠੀਕ ਹੈ ਜੀ Madhya Pradesh ਨੇ ਇਸ ਵਾਰ ਫਸਟ ਟਾਈਮ ਰੰਜੀ ਟਰਾਫੀ ਨੂੰ ਜਿੱਤਿਆ ਹੈਗਾ ਕ੍ਰਿਕਟ ਨਾਲ ਸੰਬੰਧਿਤ ਹੋਰ ਕਿਹੜੀ ਹੈਗੇ ਜੀ ਸੈਇਦ ਮੁਸਤਾਕ ਅਲੀ ਟਰੋਫੀ ਸੈਇਦ ਮੁਸਤਾਕ ਅਲੀ ਟਰੋਫੀ ਇਹ ਵੀ ਤੁਸੀਂ ਧਿਆਨ ਰੱਖਣਾ ਹੈਗਾ ਐਂਡ ਥਰਡ ਕਿਹੜੀ ਹੋ ਜੂਗੀ ਜੀ ਆਪਣੇ ਕੋਲੇ ਦਲੀਪ ਟਰੋਫੀ ਦਲੀਪ ਟਰੋਫੀ ਇਹ ਕਿਸ ਨੇ ਜਿੱਤੀ ਹੈ ਜੀ ਹਾਲ ਵਿੱਚ ਇਹ ਜਿੱਤੀ ਹੈ ਦੀ ਵੈਸਟ ਜ਼ੋਨ ਨੇ ਕਿਸ ਨੂੰ ਹਰਾ ਕੇ ਸਾਊਥ ਜ਼ੋਨ ਨੂੰ ਹਰਾ ਕੇ ਦਿਤੀ ਹੈ ਵੈਸਟ ਜ਼ੋਨ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਜੀ ਹਾਂਜੀ ਦੂਰਨ ਕੱਪ ਦੀ ਗੱਲ ਕਰੀਏ ਤਾਂ ਡੂਰਨ ਕੱਪ ਦਾ ਸਬੰਧ ਕਿਸ ਦੇ ਨਾਲ ਹੈ ਜੀ ਇਸ ਦਾ ਸਬੰਧ ਹੈਗਾ ਫੁੱਟਬਾਲ ਦੇ ਨਾਲ ਭਾਰਤ ਦੇ ਵਿੱਚ ਹੁੰਦਾ ਹੈ ਜੀ ਇਸ ਵਾਰ ਕਿਸ ਨੇ ਜਿੱਤਿਆ ਹੈਗਾ ਇਹ ਦਿੱਤਾ ਜੀ ਬੈਂਗਲੂਰੂ ਫੁੱਟਬਾਲ ਕਲੱਬ ਨੇ ਬੈਂਗਲੂਰੂ ਫੁੱਟਬਾਲ ਕਲੱਬ ਨੇ ਜਿੱਤਿਆ ਕਿਸ ਨੂੰ ਹਰਾ ਕੇ ਦਿੱਤਿਆ ਮੁੰਬਈ ਫੁੱਟਬਾਲ ਕਲੱਬ ਨੂੰ ਹਰਾ ਕੇ ਜਿੱਤਿਆ ਜੀ ਮੁੰਬਈ ਨੂੰ ਹਰਾ ਕੇ ਦਿੱਤਿਆ ਥੋਮਸ ਕੱਪ ਦੀ ਗੱਲ ਕਰੀਏ ਤਾਂ ਇਸ ਦਾ ਸਬੰਧ ਕਿਸ ਦੇ ਨਾਲ ਹੈ ਜੀ ਬੈਡਮਿੰਟਨ ਦੇ ਨਾਲ ਹੈ ਇਸ ਵਾਰ ਕਿਸ ਨੇ ਜਿੱਤਿਆ 2022 ਦਾ ਤਾਂ ਇਹ ਜਿੱਤਿਆ ਜੀ ਇੰਡੀਆ ਨੇ ਸਿੰਗapore ਓਪਨ ਜਿਹੜਾ 2021 ਵਿੱਚ ਹੋਇਆ ਇਹ ਕਿਸ ਨੇ ਜਿੱਤਿਆ ਜੀ ਸੌਰੀ 2022 ਸਿੰਗਾਪੁਰ ਓਪਨ ਇਹ ਕਿਸ ਨੇ ਜਿੱਤਿਆ ਇਹ ਦਿੱਤਿਆ ਪੀਵੀ ਸਿੰਧੂ ਨੇ ਕਾਦੇ ਵਿੱਚ ਹੈ ਜੀ ਇਹ ਬੈਡਮਿੰਟਨ ਦੇ ਵਿੱਚ ਵਿਬਲਡਨ ਓਪਨ ਦੀ ਗੱਲ ਕਰੀਏ ਤਾਂ ਇਸ ਦਾ ਸਬੰਧ ਕਿਸ ਦੇ ਨਾਲ ਹੈ ਇਹਦਾ ਨਾਲ ਹੈ ਜੀ ਟੈਨਿਸ ਦੇ ਨਾਲ ਇਹ ਕਿਸ ਨੇ ਜਿੱਤਿਆ ਜੀ ਇਹ ਦਿੱਤਿਆ ਨੋਵਾਕ ਜੋਕੋਵਿਕ ਨੇ ਨੋਵਾਕ ਜੋਕੋਵਿਕ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਧਿਆਨ ਰੱਖਣਾ ਜੀ ਨੈਕਸਟ ਕੁਐਸਚਨ ਕੋ ਆਪਣੇ ਕੋਲ ਕੀ ਬਣਿਆ ਜੀ FIH ਰਾਈジング 스타 ਆਫ ਦਾ ਇਅਰ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ ਹਾਂਜੀ FIH ਕੀ ਹੈ ਸਭ ਤੋਂ ਪਹਿਲਾਂ ਇਹ ਸਮਝਦਿਆਂ ਇਹ ਹੈਗਾ ਜੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਇਜ਼ ਦੀ ਫੁੱਲ ਫਾਰਮ ਹੈਗੀ ਹੈ ਇਸ ਦੇ ਪ੍ਰੈਜ਼ੀਡੈਂਟ ਪੁੱਛਦੇ ਜਾਂ ਤਾਂ ਪ੍ਰੈਜ਼ੀਡੈਂਟ ਕੌਣ ਹੈਗੇ ਨੇ ਡਾਕਟਰ ਨਰਿੰਦਰ ਦਰਵ ਡਾਕਟਰ ਨਰੀਂਦਰ ਜਿਹੜੇ ਹੋ ਜਾਣਗੇ ਇਸ ਦੇ ਪ੍ਰੈਜ਼ੀਡੈਂਟ ਨੇ ਹੈੱਡ ਕੁਆਟਰਸ ਪੁੱਛੇ ਜਾਂਦਾ ਹੈ ਹੈੱਡ ਕੁਆਟਰਸ ਕਿੱਥੇ ਨੇ ਲੋਸਾਨੇ ਦੇ ਵਿੱਚ ਨੇ ਲੋਸਾਨੇ ਲੋਸਾਨੇ ਕਿੱਥੇ ਜੀ ਇਹ ਹੈਗਾ ਸਵਿਟਜ਼ਰਲੈਂਡ ਦੇ ਵਿੱਚ ਇਹ ਹੈਗਾ ਜੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਇਸ ਦੇ ਵੱਲੋਂ ਕੀ ਕੀਤਾ ਗਿਆ ਇੱਕ ਪ੍ਰਾਈਜ਼ ਹੈਗਾ ਜੀ ਰਾਈਜ਼ਿੰਗ ਸਟਾਰ ਆਫ ਦਾ ਇਅਰ ਇਹ ਕਿਸ ਨੂੰ ਦਿੱਤਾ ਗਿਆ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਸਹੀ ਤਰ੍ਹਾਂ ਹੋ ਜੂਗਾ ਜੀ ਫਰਸਟ ਮੁਮਤਾਜ਼ ਖਾਨ ਹਾਂਜੀ ਮੁਮਤਾਜ਼ ਖਾਨ ਨੂੰ ਦਿੱਤਾ ਗਿਆ ਜੀ ਊਮਨ ਕੈਟਾਗਰੀ ਦੇ ਵਿੱਚ men ਕੈਟਾਗਰੀ ਦੀ ਗੱਲ ਕਰੀਏ ਤਾਂ ਇਹ ਮੇਰੇ ਜੀ ਟੋਮੇਥੀ ਕਲੀਮੈਂਟ ਨੂੰ ਮਿਲਿਆ ਜੀ ਮੈਨ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਮਮਤਾਜ ਖਾਨ ਦੀ ਗੱਲ ਕਰੀਏ ਤਾਂ ਇੰਡੀਅਨ ਹਾਕੀ ਦੇ ਪਲੇਅਰ ਨੇ ਇੰਡੀਅਨ ਔਮਨ ਹਾਕੀ ਕਿਸ ਟੀਮ ਦੇ ਅੰਡਰ 17 ਠੀਕ ਹੈ ਜੀ ਅੰਡਰ 17 ਔਮਨ ਹਾਕੀ ਦੇ ਪਲੇਅਰ ਨੇ ਮਮਤਾਜ ਖਾਨ ਇਹਨਾਂ ਨੂੰ ਰਾਈジング 스타 ਆਫ ਦਾ ਇਅਰ ਨਾਲ ਸਨਮਾਨਿਤ ਕੀਤਾ ਗਿਆ ਕਿਸ ਦੇ ਵੱਲੋਂ ਐਫ ਆਈ ਐਚ ਵੱਲੋਂ ਠੀਕ ਹੈ ਜੀ ਜੇ ਪੁੱਛ ਲੈ ਜਾਣ ਐਫ ਆਈ ਐਚ ਪਲੇਅਰ ਆਫ ਦਾ ਇਅਰ ਹਾਂਜੀ FIH ਪਲੇਅਰ ਆਫ ਦਾ ਈਅਰ ਇਹ ਕਿਸ ਨੂੰ ਕੋਸ਼ਿਤ ਕੀਤਾ ਗਿਆ ਤਾਂ ਇਹ ਹੋ ਜੂਗਾ ਜੀ ਹਰਮਨ ਪ੍ਰੀਤ ਸਿੰਘ ਹਰਮਨ ਪ੍ਰੀਤ ਸਿੰਘ ਠੀਕ ਹੈ ਜੀ ਹਰਮਨ ਪ੍ਰੀਤ ਸਿੰਘ ਨੂੰ ਕੋਸ਼ਿਤ ਕੀਤਾ ਗਿਆ FIH ਗੋਲ ਕੀਪਰ ਆਫ ਦਾ ਈਅਰ ਤਾਂ ਇਹ ਕਿਸ ਨੂੰ ਕੋਸ਼ਿਤ ਕੀਤਾ ਗਿਆ ਜੀ ਇੱਕ ਤਾਂ ਹੈਗਾ ਪੀ ਆਰ ਸ੍ਰੀਜੇਸ਼ ਐਂਡ ਸੈਕਿੰਡ ਕੌਣ ਹੈਗਾ ਜੀ ਊਮਨ ਕੈਟੇਗਰੀ ਦੇ ਵਿੱਚ ਸਬੀਤਾ ਪੂਨੀਆ AIFFA ਫੁੱਟਬਾਲ ਆਫ ਦਾイヤー ਇਹ ਕਿਸ ਨੂੰ ਕੋਸ਼ਿਤ ਕੀਤਾ ਗਿਆ ਜੀ ਹਾਂਜੀ ਇਹ ਕੋਸ਼ਿਤ ਕੀਤਾ ਗਿਆ ਮੈਨ ਕੈਟਾਗਰੀ ਦੇ ਵਿੱਚ ਸੁਨੀਲ ਛੇਤਰੀ ਐਂਡ ਊਮਨ ਕੈਟਾਗਰੀ ਦੇ ਵਿੱਚ ਹੈਗਾ ਜੀ ਮਨੀਸ਼ਾ ਕਲਿਆਨ ਮਨੀਸ਼ਾ ਕਲਿਆਨ ਫੀਬੀਬੀ ਫੀਬਾ ਊਮਨ ਬਾਸਕਟਬਾਲ ਵਰਲਡ ਕਪ ਇਹ ਹਾਲੀ ਵਿੱਚ ਹੋਇਆ ਸੀ ਇਹ ਕਿਸ ਨੇ ਜਿੱਤਿਆ ਇਹ ਯੂਐਸਏ ਦੁਆਰਾ ਜਿੱਤਿਆ ਗਿਆ ਯੂਐਸਏ ਨੇ ਇਸ ਨੂੰ ਲਗਾਤਾਰ 4th ਟਾਈਮ ਜਿੱਤਿਆ ਜੀ ਕਿਸ ਨੂੰ ਹਰਾ ਕੇ ਚਾਈਨਾ ਨੂੰ ਹਰਾ ਕੇ ਦਿੱਤਿਆ ਇਹ ਹੋਇਆ ਕਿੱਥੇ ਸੀ ਕੱਪ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਕਿੰਵੇਂ ਨੰਬਰ ਦਾ ਸੀ 11th ਨੰਬਰ ਦਾ ਸੀ ਜੀ ICC ਵੂਮਨ ਪਲੇਅਰ ਆਫ ਦਾ ਈਅਰ ਇਹ ਕਿਸ ਨੂੰ ਕੁਸ਼ਦ ਕੀਤਾ ਗਿਆ ਸੀਗਾ ਜੀ ਸਮ੍ਰਿਤੀ ਮੰਦਨਾ ਠੀਕ ਹੈ ਜੀ ਇਹਨਾਂ ਜੀਹਾਂ ਨੂੰ ਤੁਸੀਂ ਧਿਆਨ ਰੱਖਣਾ ਜੀ ਨੈਕਸਟ ਕੁਐਸਚਨ ਆਪਣੇ ਕੋਲ ਕੀ ਬਣਿਆ ਜੀ ਡੀ ਪੀ ਆਈ ਆਈਟੀ ਕਿਸ ਖੇਤਰ ਵਿੱਚ ਕ੍ਰੈਡਿਟ ਗਰੰਟੀ ਸਕੀਮ ਨੂੰ ਸਥਾਪਿਤ ਕਰਨ ਨੂੰ ਸੂਚਿਤ ਕੀਤਾ ਹੈ ਹਾਂਜੀ ਡੀ ਪੀ ਆਈ ਆਈਟੀ ਨੇ ਕ੍ਰੈਡਿਟ ਗਰੰਟੀ ਸਕੀਮ ਜਿਹੜੀ ਹੈਗੀ ਆ ਕਿਸ ਖੇਤਰ ਵਿੱਚ ਲਾਂਚ ਕੀਤੀ ਆ অপਸ਼ਨ ਤੁਹਾਡੇ ਸਾਹਮਣੇ ਨੇ ਸਹੀ ਉੱਤਰ ਹੋ ਜੂਗਾ ਜੀ ਫਰਸਟ ਸਟਾਰਟਅਪ ਦੇ ਖੇਤਰ ਵਿੱਚ ਕੀ ਕੀਤਾ ਹੈ ਡੀਪੀਆਈਆਈਟੀ ਨੇ ਕ੍ਰੈਡਿਟ ਗਰੰਟੀ ਸਕੀਮ ਜਿਹੜੀ ਉਹ ਲਾਂਚ ਕੀਤੀ ਹੈ ਇੱਕ ਕ੍ਰੈਡਿਟ ਗਰੰਟੀ ਸਕੀਮ ਹੈ ਕੀ ਇਸ ਦੇ ਵਿੱਚ ਕੀ ਹੋਊਗਾ ਜਿਹੜਾ ਵੀ ਕੋਈ ਸਟਾਰਟਅਪ ਜਿਹੜਾ ਸ਼ੁਰੂ ਕਰਨਾ ਚਾਹੁੰਦਾ ਉਸ ਨੂੰ ਕੀ ਕਰੂਗੀ ਇੱਕ ਲੋਨ ਪ੍ਰੋਵਾਈਡ ਕਰੂਗੀ ਜੀ ਕੀ ਕਰੂਗੀ ਲੋਨ ਪ੍ਰੋਵਾਈਡ ਕਰੂਗੀ ਸਟਾਰਟਅਪ ਵਾਸਤੇ ਇਸ ਦੇ ਵਿੱਚ ਯੋਗਤਾ ਦੇ ਅਨੁਸਾਰ ਮੈਕਸਿਮਮ 10 ਕਰੋੜ ਦੇ ਜਿਹੜੇ ਹੈਗੇ ਨੇ 10 ਕਰੋੜ ਤੱਕ ਦੇ ਲੋਨ ਜਿਹੜੇ ਪ੍ਰਦਾਨ ਕੀਤੇ ਜਾਣਗੇ ਅਕੋਰਡਿੰਗ ਟੂ ਅਬਿਲਟੀ ਜਿਨੇ ਕਿਸੇ ਦੀ ਜਿਹੜੀ ਅਚੀਵਮੈਂਟ ਹੈਗੀ ਆ ਠੀਕ ਹੈ ਛੋਟਾ ਕੰਮ ਆ ਤਾਂ ਛੋਟਾ ਲੋਨ ਹੋ ਜਾਊਗਾ ਮੈਕਸਮ ਜਿਹੜੇ ਹੈਗੇ ਨੇ 10 ਕਰੋੜ ਤੱਕ ਦੇ ਲੋਨ ਇਸ ਦੇ ਵਿੱਚ ਦਿੱਤੇ ਜਾਣਗੇ ਨਾਮ ਕੀ ਹੈਗਾ ਜੀ ਕ੍ਰੈਡਿਟ ਗਰੰਟੀ ਸਕੀਮ ਕਿਸ ਦੇ ਵੱਲੋਂ ਡੀ ਪੀ ਆਈ ਆਈਟੀ ਡੀ ਪੀ ਆਈ ਆਈਟੀ ਦੀ ਫੁੱਲ ਫਾਰਮ ਕੀ ਹੈ ਜੀ ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਇਹਨਾਂ ਜਿਹੜਾ ਨੂੰ ਤੁਸੀਂ ਧਿਆਨ ਰੱਖਣਾ ਜੀ ਨੈਕਸਟ ਕੁਐਸਚਨ ਆਪਣੇ ਕੋਲ ਕੀ ਬਣਿਆ ਜੀ who has been appointed the director general of indian ordnance factory service iofs haan ji iofs indian ordnance factory service is de jehre director general ne haali vich kis nu niyukt kita gaya to option tode samne ne sahi uttar hojuga di first sanjeev kishor nu niyukt kita gaya e 1985 batch de ek ias adhikari ne inna nu koshit kita gaya ji director general of indian ordnance factory service ਕਹਿੰਦੀ ਥਾਂ ਤੇ ਬਣੇ ਨੇ ਇਹ ਐਮ ਕੇ ਗਰਗ ਦੀ ਥਾਂ ਤੇ ਬਣੇ ਨੇ ਠੀਕ ਹੈ ਜੀ ਸੰਦੀਪ ਕੁਮਾਰ ਗੁਪਤਾ ਦੀ ਗੱਲ ਕਰੀਏ ਤੇ ਹਾਲ ਹੀ ਵਿੱਚ ਗੇਲ ਕੰਪਨੀ ਦੇ ਇੱਕ ਮਹਾਰਤਨ ਕੰਪਨੀ ਹੈ ਉਸ ਦੇ ਡਾਇਰੈਕਟਰ ਜਨਨ ਨਿਯੁਕਤ ਕੀਤੇ ਗਏ ਨੇ ਸੰਦੀਪ ਕੁਮਾਰ ਗੁੱਤਾ ਐਂਡ ਅਜੇ ਬਹਾਦੂ ਦੀ ਗੱਲ ਕਰੀਏ ਤਾਂ ਇਹ ਡੈਪਟੀ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨਿਯੁਕਤ ਕੀਤੇ ਗਏ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਜੀ ਚਲੋ ਜੇ ਆਪਾਂ ਗੱਲ ਕਰੀਏ ਆਈਓਐਫਐਸ ਦੀ ਤੇ ਇਸ ਦੀ ਸਥਾਪਨਾ ਕਦੋਂ ਹੁੰਦੀ ਹੈ 1935 ਦੇ ਵਿੱਚ ਇਸ ਦੀ ਸਥਾਪਨਾ ਹੁੰਦੀ ਹੈ ਕਿਸ ਮਿਨਿਸਟਰੀ ਦੇ ਅੰਡਰ ਆਉਂਦਾ ਹੈ ਤਾਂ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ ਆਉਂਦਾ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਧਿਆਨ ਰੱਖਣਾ ਜੀ ਨੈਕਸਟ ਗੱਲ ਕਰੀਏ ਯੂਐਸ ਰਿਪਰੈਜ਼ੈਂਟੇਟਿਵ ਔਨ ＷＨＯ ਐਗਜ਼ੀਕਿਊਟਿਵ ਬੋਰਡ ＷＨＯ ਦੇ ਐਗਜ਼ੀਕਿਊਟਿਵ ਬੋਰਡ ਦੇ ਵਿੱਚ ਯੂਐਸ ਰਿਪਰੈਜ਼ੈਂਟੇਟਿਵ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਨਾਮ ਹੋ ਜੂਗਾ ਜੀ ਡਾਕਟਰ ਵਿਵੇਕ ਮੂਰਤੀ ਡਾਕਟਰ ਵਿਵੇਕ ਮੂਰਤੀ ਨੈਸ਼ਨਲ ਆਈਕਨ ਆਫ ਇਲੈਕਸ਼ਨ ਕਮਿਸ਼ਨ ਹਾਂਜੀ ਇਹ ਹਾਲੀ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਇਸ ਨਾਮ ਹੋ ਜੁਗਾ ਦੀ ਪੰਕਜ ਤ੍ਰਿਪਾਟੀ ਪੰਕਜ ਤ੍ਰਿਪਾਟੀ ਪ੍ਰੈਜ਼ੀਡੈਂਟ ਆਫ ਇੰਡੀਅਨ ਹਾਕੀ ਹਾਂਜੀ ਇੰਡੀਅਨ ਹਾਕੀ ਦੇ ਪ੍ਰੈਜ਼ੀਡੈਂਟ ਇਹ ਨਾਮ ਹੋ ਜੁਗਾ ਦੀ ਦਲੀਪ ਟਰਕੀ ਦਲੀਪ ਟਰਕੇ ਡਾਟਾ ਸਕਿਉਰਿਟੀ ਕੌਂਸਲ ਆਫ ਇੰਡੀਆ ਹਾਂਜੀ ਇਸ ਦੇ ਸੀਈਓ ਕਿਸ ਨੂੰ ਨਿਯੁਕਤ ਕੀਤਾ ਗਿਆ ਇਹ ਨਾਮ ਹੋ ਜੁਗਾ ਜੀ ਵਿਨਾਇਕ ਗੋੜਸੇ ਵਿਨਾਇਕ ਗੋੜਸੇ सीआरपीएफ ਦੇ ਡਾਇਰੈਕਟਰ ਜਨਰਲ ਇਹ ਨਾਮ ਹੋ ਜੂਗਾ ਜੀ ਡਾਕਟਰ ਸੁਜੋਏ ਲਾਲ ਥੌਇਸਨ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਦੀ ਗੱਲ ਕਰੀਏ ਤਾਂ ਇਹ ਨਾਮ ਹੋ ਜੂਗਾ ਜੀ ਅਨੀਸ਼ ਦਿਆਲ ਸਿੰਘ ਅਨੀਸ਼ ਦਿਆਲ ਸਿੰਘ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਨੈਕਸਟ ਕੁਐਸਚਨ ਆਪਣੇ ਕੋਲ ਕੀ ਬਣਿਆ ਜੀ ਭਾਰਤੀ ਹਵਾਈ ਸੈਨਾ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ ਹਾਂਜੀ ਇੰਡੀਅਨ 에ਅਰ ਫੋਰਸ ਡੇ ਕਿਸ ਦਿਨ ਅਬਜ਼ਰਵ ਕੀਤਾ ਜਾਂਦਾ ਆਪਸ਼ਨ ਤੁਹਾਡੇ ਸਾਹਮਣੇ ਨੇ ਸਹੀ ਉੱਤਰ ਹੋ ਜਗੀ ਦੀ ਫਸਟ 8 ਅਕਤੂਬਰ ਨੂੰ ਹਰ ਇੱਕ ਵਾਰ ਹਰ ਇੱਕ ਸਾਲ ਇੰਡੀਅਨ 에ਅਰ ਫੋਰਸ ਡੇ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਕਿਉਂਕਿ 8 ਅਕਤੂਬਰ 1932 ਨੂੰ ਕੀ ਹੁੰਦੀ ਹੈ ਸਥਾਪਨਾ ਹੁੰਦੀ ਹੈ ਜੀ ਇਸ ਵਾਰ ਕਿੰਨੇਵਾਂ ਸਥਾਪਨਾ ਦਿਵਸ ਦਾ 90ਵਾਂ ਠੀਕ ਹੈ 90th ਨੰਬਰ ਦਾ ਜਿਹੜਾ ਹੈਗਾ ਉਹ ਸਥਾਪਨਾ ਦਿਵਸ ਮਨਾਇਆ ਗਿਆ ਜੀ ਇਸ ਦੇ ਚੀਫ ਪੁਸ਼ਲ ਜਨ ਇਸ ਟਾਈਮ ਇੰਡੀਅਨ 에ਅਰ ਫੋਰਸ ਦੇ ਚੀਫ ਕਮਾਂਡਰ ਇਹ ਨਾਮ ਹੋ ਜੂਗਾ ਜੀ ਵੀ ਆਰ ਚੌਧਰੀ ਮੋਟੋ ਕੀ ਹੈਗਾ ਇੰਡੀਅਨ ਆਰਮੀ ਦਾ ਸੌਰੀ ਇੰਡੀਅਨ 에ਅਰ ਫੋਰਸ ਦਾ ਮੋਟੋ ਪੁੱਛ ਲਿਆ ਜਾਵੇ ਤਾਂ ਮੋਟੋ ਹੈਗਾ ਜੀ ਟੱਚ ਦਾ ਸਕਾਈ ਵਿਦ ਗਲੋਰੀ ਇਸ ਦਾ ਮੋਟੋ ਹੋ ਜੂਗਾ ਠੀਕ ਹੈ ਜੀ ਇੰਡੀਅਨ 에ਅਰ ਫੋਰਸ ਅਕੈਡਮੀ ਪੁੱਛ ਲਈ ਜਾਵੇ ਇੰਡੀਅਨ 에ਅਰ ਫੋਰਸ ਅਕੈਡਮੀ ਇਹ ਕਿੱਥੇ ਹੋ ਜੂਗੀ ਜੀ ਇਹ ਇਹ ਹੋ ਜੂਗੀ ਹਾਈਦਰਾਬਾਦ ਦੇ ਵਿੱਚ ਇਹ ਵੀ ਤੁਸੀਂ ਧਿਆਨ ਰੱਖਣੀ ਹੈ ਜੀ ਠੀਕ ਹੈ ਜੀ ਹੋਰ ਜਿਹੜੇ ਇੰਪੋਰਟੈਂਟ ਡੇ ਹੈਗੇ ਨੇ ਜਿਵੇਂ ਬੀਐਸ ਬੀਐਸਐਫ ਡੇ ਬੋਡੋ ਸੈਕਿਉਰਿਟੀ ਫੋਰਸ ਡੇ ਪੁੱਛ ਲਿਆ ਜਾਵੇ ਇਹ ਕਦੋਂ ਹੁੰਦਾ ਜੀ ਇਹ ਹੁੰਦਾ 1 ਦਸੰਬਰ ਨੂੰ ਆਰਮੀ ਡੇ ਪੁੱਛ ਲਿਆ ਜਾਵੇ ਆਰਮੀ ਡੇ ਕਦੋਂ ਹੁੰਦਾ ਇਹ ਹੁੰਦਾ 15 ਜਨਵਰੀ ਨੂੰ ਨੀਵੀ ਡੇ ਪੁੱਛ ਲਿਆ ਜਾਵੇ ਇਹ ਕਦੋਂ ਹੁੰਦਾ ਜੀ ਇਹ ਹੁੰਦਾ 4 ਦਸੰਬਰ ਨੂੰ ਸੀਆਰਪੀਐਫ ਡੇ ਪੁੱਛ ਲਿਆ ਜਾਵੇ ਤੇ ਇਹ ਕਦੋਂ ਹੁੰਦਾ ਜੀ ਇਹ ਹੁੰਦਾ 27 ਜੁਲਾਈ ਨੂੰ ਠੀਕ ਹੈ ਜੀ ਇਹ ਵੀ ਚੀਜ਼ਾਂ ਤੁਸੀਂ ਧਿਆਨ ਰੱਖ ਸਕਦੇ ਹੋ ਨੈਕਸਟ ਕੁਐਸਚਨ ਆਪਣੇ ਕੋਲ ਕੀ ਬਣਿਆ ਜੀ World Bank has predicted how much GDP growth of India India ਦੀ GDP growth ਜਿਹੜੀ ਹੈਗੀ World Bank ਵੱਲੋਂ ਇਸ ਵਾਰ ਕਿੰਨੀ ਜਿਹੜੀ ਹੈਗੀ ਉਹ ਪ੍ਰੋਡिक्ट ਕੀਤੀ ਗਈ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਸਹੀ ਉੱਤਰ ਹੋ ਜੂਗਾ ਦੀ 1st 6.5% ਪਹਿਲਾਂ ਕਿੰਨੀ ਕੀਤੀ ਗਈ ਸੀ 7.5% ਹੁਣ ਕਿੰਨੀ ਕਰ ਦਿੱਤੀ ਗਈ ਹੈ ਕਟਾ ਕੇ 6.5 ਕਿਉਂ ਕਿਉਂਕਿ ਡੂ ਟੂ ਇਕਨੋਮਿਕਲ ਸਲੋ ਡਾਊਨ ਇਕਨੋਮਿਕਲ ਸਲੋ ਡਾਊਨ ਸਲੋ ਡਾਊਨ ਜਿਹੜੇ ਮੰਦੀ ਆ ਚੁੱਕੀ ਹੈ ਜੀ ਬਾਜ਼ਾਰ ਦੇ ਵਿੱਚ ਉਸ ਕਰਕੇ ਜਿਹੜੀ ਪ੍ਰੈਡਿਕਸ਼ਨ ਹੈ ਉਹ 7.5 ਤੋਂ ਘਟ ਕੇ 6 6.5 ਹੋ ਚੁੱਕੀ ਹੈ ਵਰਲਡ ਬੈਂਕ ਦੀ ਗੱਲ ਕਰੀਏ ਵਰਲਡ ਬੈਂਕ ਦੀ ਸਥਾਪਨਾ ਕਦੋਂ ਹੁੰਦੀ ਹੈ 1944 ਦੇ ਵਿੱਚ ਹੁੰਦੀ ਹੈ ਕਿਹੜੇ ਸਮੇਲਨ ਦੇ ਵਿੱਚ ਹੁੰਦੀ ਹੈ ਤਾਂ ਇਹ ਹੁੰਦੀ ਹੈ ਬ੍ਰੈਟਨਵੁੱਡ ਸਮੇਲਨ ਬ੍ਰੈਟਨਵੁੱਡ ਸਮੇਲਨ ਦੇ ਵਿੱਚ ਹੁੰਦੀ ਹੈ ਜੀ ਇਸ ਦੇ ਹੈੱਡਕォਰਟ ਨੇ ਪੁੱਛ ਲਿਆ ਜਾਂ ਤਾਂ ਇਹ ਹੋ ਜਾਣਗੇ ਡੇਵਿਡ ਮਾਲਪਾਸ ਹੈੱਡਕォਟਰਸ ਕਿੱਥੇ ਨੇ ਤਾਂ ਇਹ ਹੋ ਜਾਣਗੇ ਵਾਸ਼ਿੰਗਟਨ ਡੀਸੀ ਵਾਸ਼ਿੰਗਟਨ ਡੀਸੀ ਵਿੱਚ ਹੈੱਡਕ quarters ਨੇ ਇਸ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਉਸ ਦਾ ਨਾਮ ਕੀ ਹੋ ਜੂਗਾ ਜੀ ਗਲੋਬਲ ਹੰਗਰ ਰਿਪੋਰਟ ਗਲੋਬਲ ਹੰਗਰ ਰਿਪੋਰਟ ਠੀਕ ਹੈ ਜੀ ਚਲੋ ਨੈਕਸਟ ਕੀ ਹੈ ਜੀ ਕੁਐਸਚਨ ਫਾਰ ਯੂ ਤੁਹਾਡੇ ਵਾਸਤੇ ਕੁਐਸਚਨ ਹੈਗਾ ਜੀ ਮਿਥਿਲਾ ਮਖਾਨਾ ਨੂੰ ਜੀਆਈ ਟੈਗ ਕਿਸ ਸਟੇਟ ਵਿੱਚ ਦਿੱਤਾ ਜਾਂਦਾ ਹੈ ਤੁਸੀਂ ਕਰਨਾ ਸਭ ਤੋਂ ਪਹਿਲੇ ਦੱਸਣਾ ਜੀਆਈ ਟੈਗ ਦੀ ਫੁੱਲ ਫਾਰਮ ਕੀ ਹੈਗੀ ਹੈ ਸੈਕਿੰਡ ਨੰਬਰ ਦੱਸੋਗੇ ਮਿੱਥਲਾ ਮਖਾਨਾ ਜਿਹੜਾ ਹੈਗਾ ਇਹ ਕਿਸ ਸਟੇਟ ਦੇ ਵਿੱਚ ਹੈਗਾ ਤੇ ਇਸ ਨੂੰ ਜੀਆਈ ਟੈਗ ਦਿੱਤਾ ਗਿਆ ਹੈਗਾ ਸਟੇਟ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਇਸ ਆਨਸਰ ਜ਼ਰੂਰ ਦੇਣਾ ਜੀ ਠੀਕ ਹੈ ਜੀ ਕੱਲ ਨੂੰ ਇਸ ਦਾ ਵੀ ਪੋਸਟਮਾਰਟਮ ਕਰਾਂਗੇ ਜੀਏ ਟੈਗ ਕੀ ਹੁੰਦਾ ਕਿਹੜੇ ਕਿਹੜੇ ਸਟੇਟ ਦੇ ਵਿੱਚ ਕਿਵੇਂ ਕਿਵੇਂ ਇੰਪੋਰਟੈਂਟ ਹੈਗਾ ਤੁਸੀਂ ਦੱਸ ਸਿਰਫ ਇਹਨਾਂ ਦੱਸਣਾ ਹੈ ਮਿੱਥਲਾ ਮਖਾਨਾ ਕਿਸ ਸਟੇਟ ਦੇ ਵਿੱਚ ਦਿੱਤਾ ਜਾਂਦਾ ਚਲੋ ਦੈਟਸ ਆਲ ਥੈਂਕਸ ਥੈਂਕ ਯੂ ਵੈਰੀ ਮਚ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਕੰਟੈਂਟ ਅੱਛਾ ਲੱਗਿਆ ਹੋਵੇਗਾ ਅੱਛਾ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਹੈ ਅੱਗੇ ਦੋਸਤਾਂ ਮਿੱਤਰਾਂ ਨਾਲ ਤੁਸੀਂ ਸ਼ੇਅਰ ਕਰਨਾ ਹੈ ਅੱਛੀ ਲੱਗ ਗਿਆ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਐਂਡ ਪੀਡੀਐਫ ਚਾਹੀਦੀ ਹੈ ਤਾਂ ਪਹੁੰਚ ਜਾਣਾ ਚੈਨਲ ਤੇ @thedreamnightlearners ਠੀਕ ਹੈ ਜੀ ਉੱਥੇ ਤੁਹਾਨੂੰ ਪੀਡੀਐਫ ਉਪਲਬਧ ਹੋ ਜੂਗੀ ਐਂਡ ਦੈਟਸ ਆਲ ਜੈ ਹਿੰਦ ਜੈ ਭਾਰਤ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ